दरबार साहब जो बेअदबी हुई तो उत्थे SGPC वाले टास्क फोर्स ने सोधा लाता, उन्होंने दोवों सोधा लगन तो बाद साडे ने सवाल खड़े करते, इहदा पिछोकड़ किदा पता लगेगा, इहनू मारना नहीं सी चाहीदा इहनू, है ना? फिर इहदे विच की लगदा तुहानू? चलो वो तीन चार तो दोषी सोधते पिछोकड़ नहीं पता लगा, जी 250 बेअदबियां हुई ने, किन्ने कु पिछोकड़ फड़ ले हुण तक, किन्नियां कदा लगा के साबित करता भी हाँ इतों आए सी, हमदवाली वाले तीन तीन बंदे मौके पर फड़े जाते रहे, तुसीं जाणदे हो किहड़ा पिछोकड़ फड़ लिया उन्हां दा, किसी ने कोई पिछोकड़ नहीं फड़ना जी। सरकारां ने जिहड़ियां वो गहरी नींद सुतियां हुई ने, बेनती यही आ हल इको ही आ, जिहड़ा पंथक रवायतां ने कि जिहड़ा भी हाथ चाहुंदा वो मौके पर झटकाया जाए, जिहड़ियां खालसे रवायतां ने। फिर झटकाउण वाला ही कोई है नहीं सी ते झटकाउंदा कौण? झटकाउणा सी ओह तनखाहदार ने ना जी, तनखाहदार ने तनखाहदार तों झटकाउणे आ, इह तां झटकाऊ कोई सेवा भावना वाला ही, जिवें संघू बार्डरां झटकाई सी, ਇਹ ਤਾਂ ਉਹੋ ਜਿਹੇ ਝਟਕਾਉਣਗੇ ਨਾ ਜਿਹੜੇ ਤਨਖਾਹਾਂ ਤੇ ਬੈਠੇ ਹੋਣਗੇ, ਉਹਨਾਂ ਤੋਂ ਰੋਟੀਆਂ ਕਾਰਨ ਪੂਰੇ ਤਾਲ ਵਾਲਾ ਹਿਸਾਬ ਆ ਨਾ। ਪਰ ਗੁਰੂ ਸਾਹਿਬ ਦੀ ਬੇਅਦਬੀ ਕੋਈ ਕਰਜੇ ਤੇ ਸੇਵਾਦਾਰਾਂ ਨੂੰ ਪਤਾ ਨਾ ਹੋਵੇ, ਉਹ ਤੋਂ ਬਾਅਦ CCTV ਫੁਟੇਜ ਦੇ ਹਿਸਾਬ ਨਾਲ ਬੀਬੀ ਲੱਭਣੀ ਪੈ ਗਈ, ਅਸੀਂ ਤਾਂ ਰੋਣਾ ਰੋਨੇ ਆ ਵੀ ਜਿਹੜੇ ਹੱਥਾਂ 'ਚ ਪ੍ਰਬੰਧ ਆ ਨਾ ਸਾਡਾ SGPC ਦਾ, ਉਹ ਲੋਕ ਕੁਰਸੀਆਂ 'ਤੇ ਬੈਠੇ ਹੋਏ ਨੇ AC ਕਮਰਿਆਂ ਦੇ ਵਿੱਚ, ਉਹਨਾਂ ਨੂੰ ਸਿਰਫ ਮਤਲਬ ਆ ਤਨਖਾਹਾਂ ਨਾਲ, ਗੋਲਕਾਂ ਨਾਲ, ਆਮਦਨ ਨਾਲ, ਉਹਨਾਂ ਨੂੰ ਮਤਲਬ ਨਹੀਂ ਹੈਗਾ ਗੁਰੂ ਦੇ ਨਾਲ। ਜੇ ਗੁਰੂ ਨਾਲ ਹੋਵੇ ਨਾ ਮਤਲਬ ਤੇ ਸਾਡੇ ਪ੍ਰਬੰਧਾਂ ਸੁਧਾਰ ਹੋਵੇ, ਸਾਡੇ ਜਿੰਨੇ ਵੀ ਪਿੰਡਾਂ 'ਚ ਗੁਰੂ ਘਰ ਨੇ ਚਾਰ ਚਾਰ ਪੰਜ ਪੰਜ ਬਣੇ ਨੇ, ਕੋਈ ਭਾਵੇਂ ਜਾਤਾਂ ਪਾਤਾਂ ਦੇ ਨਾਂ ਦੇ ਬਣੇ ਨੇ, ਭਾਵੇਂ ਉਹ ਚੌਧਰਾਂ ਦੇ ਨਾਂ ਦੇ ਬਣੇ ਨੇ, ਸਾਡੀ ਸੰਸਥਾ ਜਾ ਕੇ ਪਿੰਡਾਂ 'ਚ ਵਿਜ਼ਿਟ ਕਰੇ ਕਰਕੇ ਵਿਜ਼ਿਟ ਬੇਨਤੀਆਂ ਕਰਕੇ ਪ੍ਰਬੰਧ ਸੁਧਾਰੇ, ਇੱਕ ਪਿੰਡ 'ਚ ਗੁਰੂ ਘਰ ਹੋਵੇ ਚੜ੍ਹਦੀ ਕਲਾ ਵਾਲਾ, ਉੱਥੇ ਸੇਵਾਦਾਰ ਹੋਣ, ਤਨਖਾਹਾਂ 'ਤੇ ਹੋਣ ਜਾਂ ਸੇਵਾ ਵਾਲੇ ਹੋਣ, ਜਿਵੇਂ ਵੀ ਹੋਣ ਪ੍ਰਬੰਧ ਸੁਚੱਜਾ ਹੋਵੇ। ਕਿ ਅਸੀਂ ਇੰਨਾ ਨਹੀਂ ਕਰ ਸਕਦੇ ਵੀ ਗੁਰੂ ਸਾਹਿਬ ਦੀ ਹਜ਼ੂਰੀ ਇੱਕ ਬੰਦਾ, ਇਹ ਤੋਂ ਚੜ੍ਹਦੀ ਕਲਾ ਕਿਹੜਾ ਹੋ ਸਕਦਾ ਵਾ? ਗੁਰਦੁਆਰਾ ਜਨਮ ਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਪੋਸਟਰ ਕਿ ਦੁਬਾਰਾ ਦਿਖਾਲ ਦਿਓ, ਕੱਥੂ ਨੰਗਲ ਆ SGPC ਦੇ ਅਧੀਨ ਆਏ, ਚਾਰ ਪੰਜ ਤੁਸੀਂ ਕਹਿੰਦੇ ਸੇਵਾਦਾਰ ਵੀ ਹੈਗੇ ਪਿੰਡਾਂ 'ਚ, ਤਾਂ ਮੰਨ ਲਿਓ ਕੋਈ ਸੇਵਾਦਾਰ ਨਹੀਂ ਹੁੰਦਾ, ਜਾਂ ਬਾਬਾ ਜੀ ਨੂੰ ਅਸੀਂ ਬਹੁਤ ਥੋੜ੍ਹੀ ਤਨਖਾਹ ਦਿੱਤੀ ਹੁੰਦੀ, ਉਹਨੇ ਬਾਹਰ ਅੰਦਰ ਵੀ ਜਾਣਾ ਹੁੰਦਾ, ਉਹਨੇ ਪਾਠ ਪੂਜਾ ਵਾਸਤੇ ਜਾਂਦਾ। ਦੇਖੋ ਵੀ ਹੁਣ ਨਾ ਟਾਸਕ ਫੋਰਸ ਦੇ 5 ਸਿੰਘ ਭੇਜੇ ਗਏ ਨੇ ਦਰਬਾਰ ਸਾਹਿਬੋਂ ਕਿਰਪਾਨਾਂ ਲੈ ਕੇ, ਕੀ ਕਰੀਏ ਹੁਣ ਉਹਨਾਂ ਨੂੰ ਅਸੀਂ, ਕੀ ਫਾਇਦਾ ਉਹਨਾਂ ਦਾ ਹੁਣ? ਹੁਣ ਤਾਂ ਕੋਈ ਫਾਇਦਾ ਨਹੀਂ ਨਾ, ਅਤੇ ਪਹਿਲਾਂ ਜੇ ਪਹਿਲਾਂ ਹੀ ਇੱਥੇ ਇੱਕ ਬੰਦਾ ਜਾਂ ਤਾਂ ਵੀ ਇੱਕ ਤਾਂ ਹੁੰਦਾ ਨਾ ਵੀ ਆਪਣੇ ਕੋਲ ਸਿਸਟਮ ਨਹੀਂ ਹੈਗਾ, ਬਜਟ ਨਹੀਂ ਹੈਗਾ, ਪੈਸੇ ਨਹੀਂ ਹੈਗੇ, ਅਸੀਂ ਬੰਦਾ ਰੱਖ ਨਹੀਂ ਸਕਦੇ, ਜਿਵੇਂ ਕਿ ਆਪਾਂ ਪਿੰਡਾਂ ਦੇ ਗੁਰੂ ਘਰਾਂ 'ਚ ਦੇਖਦੇ ਵੀ ਤਨਖਾਹਾਂ ਨਹੀਂ ਦੇ ਸਕਦੇ, ਬਜਟ ਨਹੀਂ ਹੈਗਾ, ਇੱਥੇ ਤਾਂ ਬਜਟ ਵੀ ਹੈ। ਕੀ ਅਸੀਂ ਇੱਕ ਇੱਕ ਗੁਰੂ ਘਰ ਦੇ ਵਿੱਚ ਇੱਕ ਇੱਕ ਤੇਗ ਵਾਲਾ ਸਿੰਘ ਜਿਹੜਾ ਵਾ ਉਹ ਉੱਥੇ ਖਿਲਾਰ ਨਹੀਂ ਸਕਦੇ ਇਸ ਡਿਊਟੀ ਦੇ ਉੱਤੇ, ਵੀ ਭਾਈ ਇੱਥੇ ਤੋਂ ਇੱਥੇ ਰਹਿਣਾ 12 ਘੰਟੇ 6 ਘੰਟੇ ਡਿਊਟੀ ਹੋਵੇ, ਉਹ ਖੜ੍ਹੇ ਦੂਜਾ ਆਵੇ ਉੱਥੇ ਖੜ੍ਹਿਆ ਹੋਵੇ, ਆਉਣ ਵਾਲੇ ਨੂੰ ਪਤਾ ਹੋਵੇ ਕਿ ਮੈਂ ਇੱਥੇ ਮੱਥਾ ਟੇਕਣ ਜਾ ਰਿਹਾ, ਮੈਂ ਕੁਝ ਗਲਤ ਨਹੀਂ ਕਰਨਾ, ਕੋਈ ਮੇਰੇ ਦਾ ਭੰਗ ਨਹੀਂ ਕਰਨੀ। ਸੌਦਾ ਲਾਉਣ ਦੀ ਗੱਲ ਕੀਤੀ ਆ, ਅੰਮ੍ਰਿਤਪਾਲ ਇੱਕ ਨੌਜਵਾਨ ਦੁਬਈ ਤੋਂ ਚੱਲਦਾ ਅਤੇ ਪੰਜਾਬ 'ਚ ਆਉਂਦਾ, ਬਹੁਤ ਚਰਚਾਵਾਂ ਦੇ ਵਿੱਚ ਆ, ਸਰਕਾਰਾਂ ਦੇ ਵੀ ਨਿਸ਼ਾਨੇ 'ਤੇ ਆ, ਰਡਾਰ 'ਤੇ ਆ, ਉਹਦੀਆਂ 2-3 ਸਪੀਚਾਂ ਮੈਂ ਆਪ ਸੁਣੀਆਂ, ਉਹਨੇ ਸਟੇਜ ਤੋਂ ਕਿਹਾ ਕਿ ਇਹ ਸਰਕਾਰਾਂ ਦਾ ਕੰਮ ਨਹੀਂ ਹੈਗਾ ਜਿੱਦਾਂ ਹੁਣ ਤੁਸੀਂ ਕਿਹਾ, ਅਤੇ ਫਿਰ ਉਹ ਤੁਹਾਡੇ 'ਤੇ ਵੀ ਐਕਸ਼ਨ ਆ ਸਕਦਾ ਜਿੱਦਾਂ ਅੰਮ੍ਰਿਤਪਾਲ 'ਤੇ ਰਡਾਰ ਦੇ? ਸਾਡੇ 'ਤੇ ਕੋਈ ਐਕਸ਼ਨ ਨਵੇਂ ਥੋੜ੍ਹੇ ਆਉਣੇ ਨੇ ਜੀ, ਸਾਡੇ 'ਤੇ ਐਕਸ਼ਨ ਦਾ ਉਹ ਤਾਂ ਸਾਨੂੰ ਤਾਂ ਪ੍ਰਵਾਹ ਨਹੀਂ ਜੀ, ਉਹ ਤਾਂ ਖੱਪਣ ਬੰਨ ਕੇ ਤੁਰੇ ਹਾਂ, ਉਹ ਸਾਨੂੰ ਕੋਈ ਪ੍ਰਵਾਹ ਨਹੀਂ ਸਰਕਾਰਾਂ ਦੀ, ਕੋਈ ਨਵੇਂ ਪਰਚੇ ਨਹੀਂ ਕਰਨੇ, ਕੋਈ ਨਵੀਆਂ ਇਨਕੁਆਇਰੀਆਂ ਨਹੀਂ ਹੋਣੀਆਂ ਜੀ, ਹਰ ਮਹੀਨੇ ਬਾਅਦ ਤਾਂ ਡਾਟਾ ਖੰਗਾਲਦੇ ਨੇ। ਆਪਣੇ ਵੀ ਅਪਗ੍ਰੇਡ ਹੈਗੇ ਆ ਨਾ, ਜਿਹੜੇ ਕਹਿ ਦਿੰਦੇ ਆ ਕਿ ਇਹ ਤਾਂ ਉਹਨਾਂ ਨੂੰ ਫੜ ਕੇ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ, ਪ੍ਰਸ਼ਾਸਨ ਉਹਨਾਂ ਤੋਂ ਬਾਅਦ 'ਚ ਨਿਆਂ ਲਵੇ, 250 ਤੋਂ ਵੱਧ ਬੇਅਦਬੀਆਂ ਹੋ ਗਈਆਂ ਹੁਣ ਤੱਕ, ਉਹ ਧੰਦਾ ਕਰ ਰਹੇ ਨੇ ਜੀ ਗੁਰੂ ਦੇ ਨਾਂ 'ਤੇ, ਮੈਂ ਢੱਡਰੀਆਂ ਵਾਲਾ ਹੋ ਗਿਆ, ਨੇਕੀ ਹੋ ਗਿਆ, ਕੁਛ ਸਾਡਾ ਮਿਸ਼ਨਰੀ ਲਾਣਾ ਹੋ ਗਿਆ, ਉਹ ਸਿਰਫ ਧੰਦਾ ਕਰ ਰਹੇ ਨੇ ਗੁਰੂ ਦੇ ਨਾਂ 'ਤੇ, ਉਹਨਾਂ ਨੂੰ ਗੁਰੂ ਨਾਲ ਮਤਲਬ ਨਹੀਂ ਹੈਗਾ, ਉਹਨਾਂ ਨੂੰ ਆਪਣੇ ਬਿਜ਼ਨਸ ਨਾਲ ਮਤਲਬ ਆ, ਉਹਨਾਂ ਦਾ ਬਿਜ਼ਨਸ ਸਪੋਇਲ ਹੋਣਾ ਚਾਹੀਦਾ, ਵੱਡਾ ਹੋਣਾ ਚਾਹੀਦਾ, ਗੁਰੂ ਨਾਲ ਹੀ ਮਤਲਬ ਉਹਨਾਂ ਨੂੰ, ਗੁਰੂ ਤਾਂ ਉਹਨਾਂ ਦੇ ਵਾਸਤੇ ਇੱਕ ਜ਼ਰੀਆ ਬਣਾਇਆ ਉਹਨਾਂ ਲੋਕਾਂ ਨੇ, ਉਹ ਢੱਡੀਆਂ ਤਾਂ ਬਕਵਾਸ ਕਰਦਾ ਹੀ ਨਾ ਜ਼ਰੀਆ, ਗਿਆਨ ਗੁਰੂ ਉਹਦਾ, ਜੇ ਤੇਰਾ ਗਿਆਨ ਗੁਰੂ ਆ ਤਾਂ ਫਿਰ ਤੂੰ ਆਪਣਾ ਗਿਆਨ ਪ੍ਰਗਟ ਕਰ, ਫਿਰ ਗੁਰੂ ਸਾਨੂੰ ਪ੍ਰਕਾਸ਼ ਕਿਉਂ ਕੀਤਾ ਹੋਇਆ?